ਗੁਰੂ ਤੇਗ ਬਹਾਦਰ ਨਰਸਿੰਘ ਇੰਪਲਾਈ ਯੂਨੀਅਨ ਉਹ ਸਾਡੇ ਚ ਵੱਡੇ ਕਾਫਲੇ ਚ ਪਿਛਲੇ 10 ਸਾਲ ਦੇ ਵਿੱਚ ਪੈਨਸ਼ਨ ਵਾਲੇ ਮਸਲੇ ਤੇ ਬਹੁਤ ਲੰਮੇ ਖਾੜਕੂ ਸਟਰਗਲ ਦੇਸ਼ ਦੇ ਵਿੱਚ ਹੋਏ ਆ ਤੇ ਫਿਰ ਨਵੰਬਰ 2022 ਦੇ ਵਿੱਚ ਮੋਦੀ ਦੇ ਉਹਦਾ ਸਾਰਾ ਲਾਣਾ ਪ੍ਰਧਾਨ ਮੰਤਰੀ ਆਪ ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ ਨੀਤੀ ਆਯੋਗ ਸਾਰੇ ਦਾ ਸਾਰਾ ਪ੍ਰਧਾਨ ਮੰਤਰੀ ਦੀ ਆਰਥਿਕ ਪ੍ਰੀਸ਼ਦ ਦਾ ਸੰਜੀਵ ਸਾਨਿਆਲ ਰਘੂਰਾਮ ਰਾਜਨ ਮਨਟੇਕ ਆਲੂਵਾਲੀਆ ਉਹਦੀ ਸਾਰੀ ਇਹ ਜੁੰਡਲੀ ਬੋਲਣ ਲੱਗੀ ਆ ਵੀ ਜੇਕਰ ਤੁਸੀਂ ਪੁਰਾਣੀ ਪੈਨਸ਼ਨ ਬਹਾਲ ਕਰੋਗੇ ਦੇਸ਼ ਦਾ ਅਰਥਚਾਰਾ ਤਬਾਹ ਹੋ ਜੂਗਾ। ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮਤਲਬ ਅਮੀਰਾਂ ਤੋਂ ਖੋਹਣਾ, ਸੋਰੀ ਗਰੀਬਾਂ ਤੋਂ ਖੋਹ ਕੇ ਅਮੀਰਾਂ ਨੂੰ ਦੇਣ ਵਾਲੀ ਗੱਲ ਹੋਊਗੀ। ਇਹ ਰਿਉੜੀ ਕਲਚਰ ਆ, ਇਹੋ ਜਿਹੀ ਰਾਜਨੀਤੀ ਕਰਨ ਵਾਲੀਆਂ ਜਥੇਬੰਦੀਆਂ ਦੇਸ਼ ਨੂੰ ਤਬਾਹ ਕਰ ਦੇਣਗੀਆਂ। ਪਰ ਜਿਹੜਾ ਦੇਸ਼ ਦੇ ਵਿੱਚ ਮਾਹੌਲ ਆ, ਜਿਹੜਾ NPS ਦੇ ਅੰਡਰ ਲਗਭਗ 1 ਕਰੋੜ ਮੁਲਾਜ਼ਮ ਹੋਇਆ ਪਿਆ, ਉਹਦੀ ਟੇਕ ਤੇ ਆਪਦੀਆਂ ਵੋਟ ਬਟੋਰੂ ਲਾਮਬੰਦੀਆਂ ਤੇ ਉਹਨੂੰ ਪਿੱਛੇ ਵੀ ਮੁੜਨਾ ਪਿਆ, ਇੱਕ ਕਮੇਟੀ ਵੀ ਬਣਾਉਣੀ ਪਈ। ਜਦੋਂ 2023 ਦੇ ਵਿੱਚ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ, ਉਹਨੇ ਕਮੇਟੀ ਵੀ ਬਣਾਈ ਆ ਵੀ ਅਸੀਂ ਪੈਨਸ਼ਨ ਵਾਲੇ ਦੇ ਆ ਜੀ। ਪੰਜਾਬ ਸਰਕਾਰ ਮੁਰਦਾਬਾਦ, ਸਾਡੀ ਪੈਨਸ਼ਨ ਲਾਗੂ ਕਰੋ। ਧੰਨਵਾਦ ਜੀ। ਜੱਥਾ ਪਹੁੰਚਿਆ, ਇਸ ਤੋਂ ਬਿਨਾਂ ਰੋਡਵੇਜ਼ ਦੇ ਬਹੁਤ ਵੱਡੇ ਸਾਥੀ ਜੱਥੇ ਬਣਾ ਕੇ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ, ਪੰਜਾਬ ਸਰਕਾਰ ਮੁਰਦਾਬਾਦ, ਮੁਲਾਜ਼ਮ ਏਕਤਾ ਜ਼ਿੰਦਾਬਾਦ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਸਾਰੇ ਹੀ ਮੇਰੇ ਵੀਰ, ਮੇਰੇ ਭੈਣ ਆਏ ਹੋਏ, ਜਿਹੜੇ ਕਿ ਸਾਡੇ ਲੀਡਰ ਸਾਹਿਬਾਨ ਨੂੰ ਬਹੁਤ ਬਹੁਤ ਧੰਨਵਾਦ ਕਰਦੀਆਂ, ਜਿਹੜੇ ਆਪਣੇ ਜਗਦੀਆਂ ਜ਼ਮੀਰਾਂ ਵਾਲੇ ਅੱਜ ਆਪਣੇ ਹੱਥ ਲਈ ਇੱਥੇ ਬੈਠੇ ਹੈ। ਜਿਵੇਂ ਕਿਸਾਨ ਉੱਥੇ ਡਟੇ ਬੈਠੇ ਹੈ, ਅੱਜ ਆਪਣੇ ਜਿਹੜੇ ਪੁਰਾਣੀ ਪੈਨਸ਼ਨ ਵਾਸਤੇ ਇੱਥੇ ਮੁਲਾਜ਼ਮ ਬੈਠੇ ਹੈ, ਜਿਹੜੇ ਕਿ ਭਗਵੰਤ ਮਾਨ ਨੇ ਮੈਂ ਲਲਕਾਰ ਕੇ ਕਹਿੰਦੀ ਹਾਂ, ਅਸੀਂ ਉਹ ਮੁਲਾਜ਼ਮ ਹੈ ਜਿਨ੍ਹਾਂ ਨੇ ਨਹਿਰਾਂ 'ਚ ਛਾਲਾਂ ਮਾਰੀਆਂ ਸੀ, ਅਸੀਂ ਉਹ ਮੁਲਾਜ਼ਮ ਹੈ ਜਿਨ੍ਹਾਂ ਨੇ ਛੇਵੀਂ ਮੰਜ਼ਿਲ ਤੋਂ ਛਾਲਾਂ ਮਾਰੀਆਂ ਸੀ ਅਤੇ 28-28 ਦਿਨਾਂ ਦੇ ਮਰਨ ਵਰਤ ਰੱਖੇ ਹੈਗੇ। ਇਹ ਜਿਹੜਾ ਵਾਅਦਾ ਕੀਤਾ ਭਗਵੰਤ ਮਾਨ ਸਾਹਿਬ ਨੇ, ਤੁਸੀਂ ਇਹ ਜਿਹੜਾ ਪੂਰਾ ਕਰਦੇ ਪੁਰਾਣੀ ਪੈਨਸ਼ਨ ਦਾ, ਜਿੰਨੇ ਉੱਥੇ ਮੁਲਾਜ਼ਮ ਬੈਠੇ ਮੈਂ ਦੱਸਣਾ ਚਾਹੁੰਦੀ ਹਾਂ ਵੀ ਜਿਹੜੀ ਪੁਰਾਣੀ ਪੈਨਸ਼ਨ ਹੈ ਸਾਡੇ ਬੱਚਿਆਂ ਦਾ ਭਵਿੱਖ ਹੈ, ਸਾਡਾ ਭਵਿੱਖ ਹੈ। ਐਟ ਪ੍ਰੈਜੈਂਟ ਅਸੀਂ 50,000-40,000 ਤਨਖਾਹ ਲੈਂਦੇ ਹੈਗੇ, ਉਹਦੇ ਨਾਲ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਿਰਫ ਸਾਡਾ ਦੁੱਧ ਦਾ ਗੁਜ਼ਾਰਾ, ਬੱਚੇ ਦੀ ਫੀਸ ਦਾ ਗੁਜ਼ਾਰਾ ਅਤੇ ਸਾਡਾ ਜਿਹੜਾ ਰੋਟੀ ਦਾ ਸਿਰਫ ਖਰਚਾ ਚੱਲਦਾ ਹੈ। ਆਉਣ ਵਾਲਾ ਜਿਹੜੇ 60 ਸਾਲ ਹੈਗੇ ਸਾਡੇ, ਜਦੋਂ ਅਸੀਂ ਰਿਟਾਇਰ ਹੋਣਾ, ਸਾਡੇ ਲਈ ਇਹ ਪੈਨਸ਼ਨ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਨੂੰ। ਅੱਜ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦੀ ਹਾਂ, ਸਾਡੇ ਇੱਥੇ ਜਸਵੀਰ ਸਟਾਫ ਦੀ ਇੱਕ ਡੈਥ ਹੋ ਗਈ ਰਜਿੰਦਰਾ ਹੋਸਪਿਟਲ ਦੇ ਵਿੱਚ, ਅਚਾਨਕ ਰੈਗੂਲਰ ਨੂੰ ਸਿਰਫ 2 ਸਾਲ ਹੋਏ ਸੀਗੇ, ਨਾ ਤਾਂ ਉਹਦੇ ਬੱਚੇ ਨੂੰ ਅੱਜ ਕੋਈ ਨੌਕਰੀ ਮਿਲੀ, ਨਾ ਬੱਚੇ ਨੂੰ ਪੈਨਸ਼ਨ ਮਿਲੀ, ਰੁਲ ਰਹੀ ਹੈ ਕਿਸੇ ਰਿਸ਼ਤੇਦਾਰ ਦੇ ਵਿਚਾਰੀ ਉੱਥੇ। ਮੈਂ ਦੱਸਣਾ ਚਾਹੁੰਦੀ ਹਾਂ ਭਗਵੰਤ ਮਾਨ ਨੂੰ, ਇਹ ਨਾ ਹੋਵੇ ਇੱਥੇ ਜਿੰਨੇ ਮੁਲਾਜ਼ਮ ਬੈਠੇ ਹੈਗੇ ਸੌ ਖਾ ਕੇ ਜਾਓ, ਕਿਉਂਕਿ ਜੇ 2 ਲੱਖ ਮੁਲਾਜ਼ਮ ਆ ਨਾ ਆਪਣੇ, 2 ਲੱਖਾਂ ਦੇ ਨਾਲ ਵੋਟਾਂ ਕਿੰਨੀਆਂ ਜੁੜੀਆਂ ਹੋਈਆਂ ਤੁਹਾਡੀਆਂ, ਭਾਵੇਂ ਉਹ ਕੋਈ ਰਿਸ਼ਤੇਦਾਰ ਹੈਗਾ ਭਗਵੰਤ ਮਾਨ ਦੇ ਜਾਂ MLA ਦਾ ਜਾਂ ਕੋਈ ਮੰਤਰੀ ਦਾ, ਕਿਸੇ ਨੇ ਵੋਟ ਨਹੀਂ ਪਾਉਣੀ ਜਦੋਂ ਵੱਡੀਆਂ ਵੋਟਾਂ ਆਉਣੀਆਂ ਤੇ 24 ਦੀਆਂ ਵੋਟਾਂ ਪਾਉਣੀਆਂ। ਰੱਜ ਕੇ ਪਿੱਟੋ ਸਾਰੇ, ਪਿੱਟੋ ਭਗਵੰਤ ਮਾਨ ਮਰ ਗਿਆ,
ਜੈ ਜਨਤਾ ਜੈ ਸੰਘਰਸ਼। ਸਾਡੇ ਵਿੱਚ ਗੁਰਦਾਸਪੁਰ ਤੋਂ ਵੱਡੀ ਗਿਣਤੀ ਦੇ ਵਿੱਚ ਮੋਰਚਾ ਜਿੰਦਾਬਾਦ, ਪ੍ਰਾਣੀ ਪੈਨਸ਼ਨ ਵਾਲੀ ਸਾਂਝਾ ਮੋਰਚਾ ਜਿੰਦਾਬਾਦ, ਕੁਲਵੰਤ ਕੁਲਵੰਤ ਕਨੌਰੀ। ਗੁਰੂ ਤੇਗ ਬਹਾਦਰ ਨਾਥ ਸਿੰਘ ਇੰਪਲਾਈ ਯੂਨੀਅਨ ਉਹ ਸਾਡੇ ਚ ਵੱਡੇ ਕਾਫਲੇ ਚ ਸ਼ਾਮਲ ਹੋਣ ਜਾ ਰਹੇ ਨੇ, ਆਪਾਂ ਮਾਨਾਂ ਦੇ ਨਾਲ ਸਾਥ ਕਰੀਏ। ਪੰਜਾਬ ਸਰਕਾਰ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ। ਖੈਰ ਚੁੱਕ ਕਹਿੰਦਾ ਕੁਲਵੰਤ ਕਨੌਰੀ।
ਬਹੁਤ ਵੱਡਾ ਜੱਥਾ ਪਹੁੰਚਿਆ। ਸੋ ਸਾਥੀਆਂ ਦਾ ਨਾਅਰਿਆਂ ਦੇ ਨਾਲ ਸਵਾਗਤ ਕਰਾਂਗੇ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਾਥੀਓ, ਨਾਅਰਿਆਂ ਦੀ ਆਵਾਜ਼ ਉਨੀ ਜੋਸ਼ ਨਾਲ ਨਹੀਂ ਆ ਰਹੀ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ, ਬਹਾਲ ਕਰੋ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਐਨਪੀਐਸ ਕਟੌਤੀ ਬੰਦ ਕਰੋ। ਫਰੀਦਕੋਟ ਤੋਂ ਸਾਥੀ ਪਹੁੰਚੇ ਨੇ, ਆਪਾਂ ਸਾਰਿਆਂ ਦਾ ਨਾਅਰਿਆਂ ਦੇ ਨਾਲ ਸਵਾਗਤ ਕਰੀਏ। ਪੰਜਾਬ ਸਰਕਾਰ ਮੁਰਦਾਬਾਦ, ਸਾਡਾ ਏਕਾ ਜਿੰਦਾਬਾਦ। ਪੁਰਾਣੀ ਪੈਨਸ਼ਨ ਬਹਾਲ ਕਰੋ, ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਜਿੰਦਾਬਾਦ। ਬੇਨਤੀ ਆ ਵੀ ਦੋ ਦੋ ਮਿੰਟਾਂ ਦੇ ਵਿੱਚ ਹੀ ਬੁਲਾਰੇ ਆਪਣੀ ਗੱਲ ਰੱਖ ਲੈਣ। ਮੈਨੂੰ ਪੂਰਾ ਯਕੀਨ ਹੈ ਹਜੇ ਮੰਚ ਤੇ ਹੋਣੇ, ਉਹਨਾਂ ਆਪਣੇ ਵਿਚਾਰ ਰੱਖਣੇ ਨੇ। ਮੈਂ ਇੰਨਾ ਜ਼ਰੂਰ ਕਹੂੰਗਾ ਕਿ ਜੋ ਸਾਡੇ ਸਾਥੀ ਹਜੇ ਵੀ ਇਹ ਸੋਚਦੇ ਨੇ ਕਿ ਬਿਨਾਂ ਲੜੇ ਬਿਨਾਂ ਕੁਛ ਮੰਗੇ ਸਾਨੂੰ ਪੁਰਾਣੀ ਪੈਨਸ਼ਨ ਸਾਡੇ ਹੱਕ ਮਿਲ ਜਾਣਗੇ, ਇਹ ਭੁੱਲ ਜਾਓ। ਸਰਕਾਰ ਨੇ ਕੁਝ ਨਹੀਂ ਦੇਣਾ ਜਦ ਤੱਕ ਤੁਸੀਂ ਆਪ ਲੜ ਕੇ ਆਪਦੇ ਹੱਕ ਨਹੀਂ ਮੰਗਦੇ। ਪਿੱਛੇ ਜੇ ਅਸੀਂ ਸਰਕਾਰ ਨਾਲ ਮੀਟਿੰਗਾਂ ਕੀਤੀਆਂ, ਸੀਐਮ ਸਾਹਿਬ ਨਾਲ ਕੀਤੀਆਂ, ਕੈਬਨਿਟ ਕਮੇਟੀਆਂ ਕੀਤੀਆਂ, ਪਰ ਉਹਨਾਂ 'ਚ ਕੋਈ ਹੱਲ ਨਹੀਂ ਨਿਕਲਿਆ। ਸਿਰਫ ਇੱਕੋ ਹੀ ਚੀਜ਼ ਸੀ, ਕਰ ਦਾਂਗੇ ਆਸ਼ਵਾਸਨ। ਆਸ਼ਵਾਸਨ ਦੇਣ ਦੇ 2004 ਤੋਂ ਲੈ ਕੇ 24 ਆ ਗਿਆ, 20 ਸਾਲ ਹੋ ਗਏ। ਸਰਕਾਰਾਂ ਬਦਲੀਆਂ, ਰੰਗ ਬਦਲੇ, ਸਿਸਟਮ ਬਦਲਿਆ, ਪਰ ਪੈਨਸ਼ਨ ਦਾ ਹੱਲ ਨਹੀਂ ਹੋਇਆ। ਸੋ ਅੱਜ ਮੈਂ ਤਲਵਾੜਾ ਜੀ ਨੂੰ ਅਤੇ ਬਾਕੀ ਸਾਥੀਆਂ ਨੂੰ ਵਧਾਈ ਦਿੰਦਾ ਕਿ ਉਹਨਾਂ ਨੇ ਇੱਕ ਐਡਾ ਵੱਡਾ ਉਪਰਾਲਾ ਕਰਿਆ ਕਿ ਸਾਰੇ ਜਥੇਬੰਦੀਆਂ ਨੂੰ ਕਿਤੇ ਡੇਟ ਲਿਆ ਕੇ ਆਪਣੇ ਸੰਘਰਸ਼ ਨੂੰ ਜਿਹੜਾ ਵਿੱਢਿਆ। ਸੋ ਇੰਨਾ ਕੀ ਕਹਿੰਦਾ, ਮੈਂ ਸਥਾਨ ਲਊਂਗਾ, ਦੋ ਨਾਅਰੇ ਜ਼ਰੂਰ ਲਾਊਂਗਾ। ਨਾਅਰਿਆਂ ਦੀ ਆਵਾਜ਼ ਜਿਹੜੀ ਹੈ ਅੱਗੇ ਭਗਵੰਤਾ ਸਾਹਿਬ ਦੀ ਕੋਠੀ ਹੈ, ਕਿਉਂਕਿ ਮੈਂ ਵਸਨੀਕ ਸੰਗਰੂਰ ਦਾ ਹੀ ਹਾਂ, ਤਾਂ 500 ਮੀਟਰ ਵੀ ਨਹੀਂ ਹੈ। ਉਹਨਾਂ ਗੇਟ ਤੱਕ ਆਵਾਜ਼ ਜਾਵੇ, ਅੰਦਰ ਤੱਕ ਕੋਠੀ ਤੱਕ ਆਵਾਜ਼ ਜਾਵੇ। ਉਹ ਉਰੇ ਤਾਂ ਨਹੀਂ ਹੁੰਦੇ ਜ਼ਿਆਦਾਤਰ, ਉਹ ਬਾਹਰ ਹੀ ਰਹਿੰਦੇ ਆ, ਚੰਡੀਗੜ੍ਹ ਹੁੰਦੇ ਆ, ਪਰ ਉਹਨਾਂ ਦੇ ਘਰ ਦਾ ਕੋਈ ਨਾ ਕੋਈ ਮੈਂਬਰ ਜੀ ਉਰੇ ਜ਼ਰੂਰ ਹੁੰਦਾ। ਸੋ ਨਾਅਰਿਆਂ ਦੀ ਆਵਾਜ਼, ਨਾਅਰਿਆਂ 'ਚ ਉੱਚੀ ਆਵਾਜ਼ 'ਚ, ਪੰਜਾਬ ਸਰਕਾਰ ਹਾਏ ਹਾਏ, ਪੁਰਾਣੀ ਪੈਨਸ਼ਨ ਬਹਾਲ ਕਰੋ, ਸਾਡਾ ਹੱਕ। ਜੈ ਜਨਤਾ, ਜੈ ਸਿੰਘ ਜੀਤਾਂ ਲੋਕ। ਸਾਡੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਸਾਥੀ ਪਹੁੰਚੇ ਨੇ। ਮੈਂ ਬੇਨਤੀ ਕਰੂੰਗਾ ਪ੍ਰਧਾਨ ਸੁਖਵਿੰਦਰ ਸਿੰਘ ਜੀ ਚਾਲ ਗਵਰਨਮੈਂਟ ਟੀਚਰ ਯੂਨੀਅਨ, ਉਹ ਕਿਰਪਾ ਕਰਕੇ ਅੱਗੇ ਆ ਜਾਣ। ਜ਼ਿਲ੍ਹਾ ਬਰਨਾਲਾ ਤੋਂ ਤਰਸੇਮ ਸਿੰਘ ਜੀ ਭੱਠਲ, PSMU, ਨਿਰਮਲ ਸਿੰਘ ਜੀ DC ਆਫਿਸ, BSNL, PWD, ਗੁਲਾਬ ਸਿੰਘ ਜੀ PV, PSC, ਰਮਨਦੀਪ ਸਿੰਘ PPF, ਲਾਭ ਸਿੰਘ ਅਕਲੀਆ ਰਿਟਾਇਰੀ, ਰਜਿੰਦਰ ਮੋਹਨ, ਪੁਰਾਣੀ ਪੈਨਸ਼ਨ ਬਹਾਲੀ ਸਾਡਾ ਮੁੱਲ ਕਰਨ ਦੇ ਸੰਦੇ ਦੇ ਉੱਤੇ ਵੱਖ ਵੱਖ ਜਥੇਬੰਦੀਆਂ ਫੈਡਰੇਸ਼ਨਾਂ ਦੇ ਮੁੱਖ ਆਗੂ ਸਨ, ਇਕੱਤਰ ਹੋਏ ਭੈਣੋ ਭਰਾਓ ਸਾਥੀਓ, ਨਾਅਰਿਆਂ ਦੇ ਵਿੱਚ ਵੀ ਸਿੱਖਿਆ ਹੋਇਆ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਆਪ ਜਿਹੜੇ ਆਪਾਂ ਇਕੱਤਰ ਹੋਏ ਹਾਂ, ਸੰਘਰਸ਼ ਕਰ ਰਹੇ ਹਾਂ। 2004 ਤੋਂ ਬਾਅਦ ਜਿਹੜੇ ਮੁਲਾਜ਼ਮ ਭਰਤੀ ਹੋਏ ਆ ਵੱਖ ਵੱਖ ਅਦਾਰਿਆਂ ਦੇ ਵਿੱਚ, ਉਹਨਾਂ ਦੀ ਪੈਨਸ਼ਨ ਜਿਹੜੀ ਬੰਦ ਕਰ ਦਿੱਤੀ ਸਰਕਾਰਾਂ ਨੇ, ਜਿਹੜੇ ਇੱਕ ਨਵੀਂ ਪੈਨਸ਼ਨ NPS ਜਿਹੜੀ ਨਿਊ ਪੈਨਸ਼ਨ ਸਕੀਮ, ਜਾਂ ਆਪਾਂ ਵਿਰੋਧ ਪ੍ਰਗਟ ਕਰਨ ਵਾਸਤੇ ਨੋ ਪੈਨਸ਼ਨ ਸਕੀਮ ਲਿਖੇ ਨੇ, ਉਹ ਲਾਗੂ ਹੋ ਰਹੀ ਹੈ। ਅਸੋ ਫਿਰ ਗੱਲ ਵਾਲੀ ਹੈ ਵੀ 2004 ਤੋਂ ਬਾਅਦ ਆਇਆ।
10 ਸਾਲ ਦੇ ਵਿੱਚ ਪੈਨਸ਼ਨ ਵਾਲੇ ਮਸਲੇ ਤੇ ਬਹੁਤ ਲੰਮੇ ਖਾੜਕੂ ਸਟਰਗਲ ਦੇਸ਼ ਦੇ ਵਿੱਚ ਹੋਏ ਆ, ਤੇ ਫਿਰ ਨਵੰਬਰ 2022 ਦੇ ਵਿੱਚ ਮੋਦੀ ਦੇ ਉਹਦਾ ਸਾਰਾ ਲਾਣਾ, ਪ੍ਰਧਾਨ ਮੰਤਰੀ ਆਪ, ਫਾਈਨਾਂਸ ਮਿਨਿਸਟਰ ਨਿਰਮਲਾ ਸੀਤਾਰਮਨ, ਨੀਤੀ ਆਯੋਗ ਸਾਰੇ ਦਾ ਸਾਰਾ, ਪ੍ਰਧਾਨ ਮੰਤਰੀ ਦੀ ਆਰਥਿਕ ਪ੍ਰੀਸ਼ਦ ਦਾ ਸੰਜੀਵ ਸਾਨਿਆਲ, ਰਘੂਰਾਮ ਰਾਜਨ, ਮਨਟੇਕ ਆਹਲੂਵਾਲੀਆ, ਉਹਦੀ ਸਾਰੀ ਇਹ ਜੁੰਡਲੀ ਬੋਲਣ ਲੱਗੀ ਆ ਵੀ ਜੇਕਰ ਤੁਸੀਂ ਪੁਰਾਣੀ ਪੈਨਸ਼ਨ ਬਹਾਲ ਕਰੋਗੇ ਦੇਸ਼ ਦਾ ਅਰਥਚਾਰਾ ਤਬਾਹ ਹੋ ਜੂਗਾ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮਤਲਬ ਅਮੀਰਾਂ ਤੋਂ ਖੋਹਣਾ, ਸੋਰੀ ਗਰੀਬਾਂ ਤੋਂ ਖੋਹ ਕੇ ਅਮੀਰਾਂ ਨੂੰ ਦੇਣ ਵਾਲੀ ਗੱਲ ਹੋਊਗੀ। ਇਹ ਰਿਓੜੀ ਕਲਚਰ ਆ, ਇਹੋ ਜਿਹੀ ਰਾਜਨੀਤੀ ਕਰਨ ਵਾਲੀਆਂ ਜਥੇਬੰਦੀਆਂ ਦੇਸ਼ ਨੂੰ ਤਬਾਹ ਕਰ ਦੇਣਗੀਆਂ। ਪਰ ਜਿਹੜਾ ਦੇਸ਼ ਦੇ ਵਿੱਚ ਮਾਹੌਲ ਆ, ਜਿਹੜਾ ਐਨ ਪੀ ਐਸ ਦੇ ਅੰਡਰ ਲਗਭਗ 1 ਕਰੋੜ ਮੁਲਾਜ਼ਮ ਹੋਇਆ ਪਿਆ, ਉਹਦੀ ਟੇਕ 'ਤੇ ਆਪਦੀਆਂ ਵੋਟ ਬਟੋਰੂ ਲਾਮਬੰਦੀਆਂ 'ਤੇ ਉਹਨੂੰ ਪਿੱਛੇ ਵੀ ਮੁੜਨਾ ਪਿਆ, ਇੱਕ ਕਮੇਟੀ ਵੀ ਬਣਾਉਣੀ ਪਈ। ਜਦੋਂ 2023 ਦੇ ਵਿੱਚ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕੀਤਾ, ਉਹਨੇ ਕਮੇਟੀ ਵੀ ਬਣਾਈ ਆ ਵੀ ਅਸੀਂ ਪੈਨਸ਼ਨ ਵਾਲੇ, ਲਕਸ਼ਮਣ ਰੇਖਾ ਵੀ ਆ, ਉਹ ਆ ਡਬਲ ਯੂ ਟੀ ਓ ਦੀ, ਇੰਟਰਨੈਸ਼ਨਲ ਮੋਨਟਰੀ ਫੰਡ ਦੀ, ਵਰਲਡ ਬੈਂਕ ਦੀ, ਵੀ ਇਹਨਾਂ ਆਰਥਿਕ ਸੁਧਾਰਾਂ ਦੀ ਦਿਸ਼ਾ ਦੇ ਵਿੱਚ ਹੀ ਇੱਕ ਪੈਨਸ਼ਨ ਦੇਣੀ ਆ। ਜੇ ਪੈਨਸ਼ਨ ਦੇ ਵਿੱਚ ਸੋਧ ਕਰਨੀ ਆ, 1972 ਵਾਲੀ ਪੈਨਸ਼ਨ ਸਾਡੇ
ਇਕੱਠ ਬਹੁਤ ਹੈ ਜੀ। 10,000 ਹੋਊਗਾ? ਨਹੀਂ 10 ਤਾਂ ਨਹੀਂ ਹੋਣਾ, ਪਰ ਹੈ ਕਾਫੀ। 7-8 ਹਜ਼ਾਰ? ਇੰਨੇ ਬੰਦੇ ਖਵਾਉਂਦੇ, ਕੁਛ ਮੁੜ ਵੀ ਜਾਂਦੇ ਵਿੱਚ, ਮੁੜ ਵੀ ਜਾਂਦੇ ਵਿੱਚ ਦੂਰ ਵਾਲੇ, ਲੋਕਲ ਵੀ ਚਲੇ ਜਾਂਦੇ ਨਾਲ, ਹਾਜ਼ਰੀ ਲੱਗ ਗਈ। ਚਲੋ ਮਾੜੀ ਸੋਚ ਹੈ ਵੈਸੇ, ਨਹੀਂ ਬੰਦੇ ਬਹੁਤ ਹੋ ਗਏ ਜੀ ਕਾਫੀ। ਹੁਣ ਤੋਂ ਬੰਦ ਹੋ ਗਿਆ, ਹੁਣ ਕੱਖ ਨੀ ਸੁਣਾਉਂਦਾ, ਜਵਾਨ ਬੰਦ ਹੋ ਗਈ। ਹਲੇ ਤੇ ਇਕੱਠੀ ਹੋਣੀ ਜਨਤਾ, ਅੱਧੇ ਤੋਂ ਜ਼ਿਆਦਾ ਹੋਵੇ ਜੀ ਕਿਲੋਮੀਟਰ, ਡਬਲ ਲਾਈਨਾਂ ਹੋ ਗਈਆਂ ਨਾ ਹੁਣ।
ਪ੍ਰੈਸ ਕਿਹੜਾ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਰੋਪੜ ਰੋਪੜ ਪ੍ਰੈਸ ਸੈਕਟਰੀ ਹੈ ਨਾ ਚੱਲ ਫਿਰ ਓਕੇ ਵੀਡੀਓ ਤਾਂ ਬਣਾਉਣੀ ਕਿਸੇ ਨੇ Thank you.
ਇਕੱਠ ਬਹੁਤ ਹੈ ਜੀ। 10,000 ਹੋਊਗਾ? ਨਹੀਂ 10 ਤਾਂ ਨਹੀਂ ਹੋਣਾ, ਪਰ ਹੈ ਕਾਫੀ 7-8 ਹਜ਼ਾਰ। ਇੰਨੇ ਬੰਦੇ ਖਾਉਂਦੇ, ਕੁਛ ਮੁੜ ਵੀ ਜਾਂਦੇ ਵਿੱਚ, ਮੁੜ ਵੀ ਜਾਂਦੇ ਵਿੱਚ ਦੂਰ ਵਾਲੇ, ਲੋਕਲ ਵੀ ਚਲੇ ਜਾਂਦੇ ਨਾਲ, ਹਾਜ਼ਰੀ ਲੱਗ ਗਈ ਜ਼ਿਆਦਾ। ਮਾੜੀ ਸੋਚ ਹੈ ਵੈਸੇ? ਨਹੀਂ, ਬੰਦੇ ਬਹੁਤ ਹੋ ਗਏ ਜੀ ਕਾਫੀ। ਹੁਣ ਤੋਂ ਬੰਦ ਹੋ ਗਿਆ, ਹੁਣ ਕੱਖ ਨੀ ਸੁਣਾਉਂਦਾ, ਜਵਾਨ ਬੰਦ ਹੋ ਗਈ। ਹਲੇ ਤੇ ਇਕੱਠੀ ਹੋਣੀ ਜਨਤਾ, ਅੱਧੇ ਤੋਂ ਜ਼ਿਆਦਾ ਹੋਵੇ ਜੀ ਕਿਲੋਮੀਟਰ। ਡਬਲ ਲਾਈਨਾਂ ਹੋ ਗਈਆਂ ਨਾ ਹੁਣ, ਜੱਥਾ ਪਹੁੰਚਿਆ। ਇਸ ਤੋਂ ਬਿਨਾਂ ਰੋਡਵੇਜ਼ ਦੇ ਬਹੁਤ ਵੱਡੇ ਸਾਥੀ ਜੱਥੇ ਬਣਾ ਕੇ ਪਹੁੰਚੇ ਨੇ, ਬਹੁਤ ਬਹੁਤ ਧੰਨਵਾਦ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੋ, ਪੰਜਾਬ ਸਰਕਾਰ ਮੁਰਦਾਬਾਦ, ਮੁਲਾਜ਼ਮ ਏਕਤਾ ਜ਼ਿੰਦਾਬਾਦ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਸਾਰੇ ਹੀ ਮੇਰੇ ਵੀਰ, ਮੇਰੇ ਭੈਣ ਆਏ ਹੋਏ, ਜਿਹੜੇ ਕਿ ਸਾਡੇ ਲੀਡਰ ਸਾਹਿਬਾਨ ਨੂੰ ਬਹੁਤ ਬਹੁਤ ਧੰਨਵਾਦ ਕਰਦੀਆਂ, ਜਿਹੜੇ ਆਪਣੇ ਜਗਦੀਆਂ ਜ਼ਮੀਰਾਂ ਵਾਲੇ ਅੱਜ ਆਪਣੇ ਹੱਥ ਲਈ ਇੱਥੇ ਬੈਠੇ ਹੈ। ਜਿਵੇਂ ਕਿਸਾਨ ਉੱਧਰ ਡਟੇ ਬੈਠੇ ਹੈ, ਅੱਜ ਆਪਣੇ ਜਿਹੜੇ ਪੁਰਾਣੀ ਪੈਨਸ਼ਨ ਵਾਸਤੇ ਇੱਥੇ ਮੁਲਾਜ਼ਮ ਬੈਠੇ ਹੈ, ਜਿਹੜੇ ਕਿ ਭਗਵੰਤ ਮਾਨ ਨੇ ਮੈਂ ਲਲਕਾਰ ਕੇ ਕਹਿੰਦੀ ਹਾਂ, ਅਸੀਂ ਉਹ ਮੁਲਾਜ਼ਮ ਹੈ ਜਿਨ੍ਹਾਂ ਨੇ ਨਹਿਰਾਂ 'ਚ ਛਾਲਾਂ ਮਾਰੀਆਂ ਸੀ, ਅਸੀਂ ਉਹ ਮੁਲਾਜ਼ਮ ਹੈ ਜਿਨ੍ਹਾਂ ਨੇ 6ਵੀਂ ਮੰਜ਼ਿਲ ਤੋਂ ਛਾਲਾਂ ਮਾਰੀਆਂ ਸੀ ਅਤੇ 28-28 ਦਿਨਾਂ ਦੇ ਮਰਨ ਵਰਤ ਰੱਖੇ ਹੈਗੇ। ਇਹ ਜਿਹੜਾ ਵਾਅਦਾ ਕੀਤਾ ਭਗਵੰਤ ਮਾਨ ਸਾਹਿਬ ਨੇ, ਤੁਸੀਂ ਇਹ ਜਿਹੜਾ ਪੂਰਾ ਕਰਦੇ ਪੁਰਾਣੀ ਪੈਨਸ਼ਨ ਦਾ, ਜਿੰਨੇ ਉੱਥੇ ਮੁਲਾਜ਼ਮ ਬੈਠੇ, ਮੈਂ ਦੱਸਣਾ ਚਾਹੁੰਦੀ ਹਾਂ ਵੀ ਜਿਹੜੀ ਪੁਰਾਣੀ ਪੈਨਸ਼ਨ ਹੈ ਸਾਡੇ ਬੱਚਿਆਂ ਦਾ ਭਵਿੱਖ ਹੈ, ਸਾਡਾ ਭਵਿੱਖ ਹੈ। ਐਟ ਪ੍ਰੈਜੈਂਟ ਅਸੀਂ 50,000-40,000 ਤਨਖਾਹ ਲੈਂਦੇ ਹੈਗੇ, ਉਹਦੇ ਨਾਲ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਿਰਫ ਸਾਡਾ ਦੁੱਧ ਦਾ ਗੁਜ਼ਾਰਾ, ਬੱਚੇ ਦੀ ਫੀਸ ਦਾ ਗੁਜ਼ਾਰਾ ਅਤੇ ਸਾਡਾ ਜਿਹੜਾ ਰੋਟੀ ਦਾ ਸਿਰਫ ਖਰਚਾ ਚੱਲਦਾ ਹੈਗਾ। ਆਉਣ ਵਾਲਾ ਜਿਹੜੇ 60 ਸਾਲ ਹੈਗੇ ਸਾਡੇ, ਜਦੋਂ ਅਸੀਂ ਰਿਟਾਇਰ ਹੋਣਾ, ਸਾਡੇ ਲਈ ਇਹ ਪੈਨਸ਼ਨ ਬਹੁਤ ਜ਼ਰੂਰੀ ਹੈ ਸਾਡੇ ਬੱਚੇ ਨੂੰ। ਅੱਜ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦੀ ਹਾਂ, ਸਾਡੇ ਇੱਥੇ ਜਸਵੀਰ ਸਟਾਫ ਦੀ ਇੱਕ ਡੈਥ ਹੋ ਗਈ ਰਜਿੰਦਰਾ ਹੋਸਪਿਟਲ ਦੇ ਵਿੱਚ, ਅਚਾਨਕ ਰੈਗੂਲਰ ਨੂੰ ਸਿਰਫ 2 ਸਾਲ ਹੋਏ ਸੀਗੇ, ਨਾ ਤਾਂ ਉਹਦੇ ਬੱਚੇ ਨੂੰ ਅੱਜ ਕੋਈ ਨੌਕਰੀ ਮਿਲੀ, ਨਾ ਬੱਚੇ ਨੂੰ ਪੈਨਸ਼ਨ ਮਿਲੀ, ਰੁਲ ਰਹੀ ਹੈ ਕਿਸੇ ਰਿਸ਼ਤੇਦਾਰ ਦੇ ਵਿਚਾਰੀ ਉੱਥੇ। ਮੈਂ ਦੱਸਣਾ ਚਾਹੁੰਦੀ ਹਾਂ ਭਗਵੰਤ ਮਾਨ ਨੂੰ, ਇਹ ਨਾ ਹੋਵੇ ਇੱਥੇ ਜਿੰਨੇ ਮੁਲਾਜ਼ਮ ਬੈਠੇ ਹੈਗੇ ਸੌ ਖਾ ਕੇ ਜਾਓ, ਕਿਉਂਕਿ ਜੇ 2 ਲੱਖ ਮੁਲਾਜ਼ਮ ਨਾ ਆਪਣੇ, 2 ਲੱਖਾਂ ਦੇ ਨਾਲ ਵੋਟਾਂ ਕਿੰਨੀਆਂ ਜੁੜੀਆਂ ਹੋਈਆਂ ਤੁਹਾਡੀਆਂ, ਭਾਵੇਂ ਇਹ ਕੋਈ ਰਿਸ਼ਤੇਦਾਰ ਹੈਗਾ ਭਗਵੰਤ ਮਾਨ ਦੇ ਜਾਂ MLA ਦਾ ਜਾਂ ਕੋਈ ਮੰਤਰੀ ਦਾ, ਕਿਸੇ ਨੇ ਵੋਟ ਨਹੀਂ ਪਾਉਣੀ ਜਦੋਂ ਵੱਡੀਆਂ ਵੋਟਾਂ ਆਉਣੀਆਂ ਤੇ 24 ਦੀਆਂ ਵੋਟਾਂ ਪਾਉਣੀਆਂ। ਰੱਜ ਕੇ ਪਿੱਟੋ ਸਾਰੇ, ਪਿੱਟੋ ਭਗਵੰਤ ਮਾਨ ਮਰ ਗਿਆ। ਜੈ ਜਨਤਾ, ਜੈ ਸੰਘਰਸ਼। ਸਾਡੇ ਵਿੱਚ ਗੁਰਦਾਸਪੁਰ ਤੋਂ ਵੱਡੀ ਗਿਣਤੀ ਦੇ ਵਿੱਚ ਕੁਲਵੰਤ ਕਨੌਰੀ।
ਬਹੁਤ ਵੱਡਾ ਜੱਥਾ ਪਹੁੰਚਿਆ। ਸੋ ਸਾਥੀਆਂ ਦਾ ਨਾਅਰਿਆਂ ਦੇ ਨਾਲ ਸਵਾਗਤ ਕਰਾਂਗੇ, ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸਾਥੀਓ, ਨਾਅਰਿਆਂ ਦੀ ਆਵਾਜ਼ ਉਨੀ ਜੋਸ਼ ਨਾਲ ਨਹੀਂ ਆ ਰਹੀ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ, ਬਹਾਲ ਕਰੋ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਐਨਪੀਐਸ ਕਟੌਤੀ ਬੰਦ ਕਰੋ। ਫਰੀਦਕੋਟ ਤੋਂ ਸਾਥੀ ਪਹੁੰਚੇ ਨੇ, ਆਪਾਂ ਸਾਰਿਆਂ ਦਾ ਨਾਅਰਿਆਂ ਦੇ ਨਾਲ ਸਵਾਗਤ ਕਰੀਏ, ਪੰਜਾਬ ਸਰਕਾਰ ਮੁਰਦਾਬਾਦ, ਸਾਡਾ ਏਕਾ ਜਿੰਦਾਬਾਦ, ਪੁਰਾਣੀ ਪੈਨਸ਼ਨ ਬਹਾਲ ਕਰੋ, ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੋਰਚਾ ਜਿੰਦਾਬਾਦ। ਬੇਨਤੀ ਆ ਵੀ ਦੋ ਦੋ ਮਿੰਟਾਂ ਦੇ ਵਿੱਚ ਹੀ ਬੁਲਾ ਰਹੇ ਆਪਣੀ ਗੱਲ।